अगर आपने हमारे चैनल को सब्सक्राइब नहीं किया है तो इसे सब्सक्राइब कर लें। CIA-2 ने एक लूटपाट करने वाले गिरोह का पर्दाफाश किया है। नथाना निवासी कुलविंदर सिंह उर्फ किंदर ने एक लूटपाट गैंग बना लिया। उसने अपने इस गैंग में दो अन्य साथियों को भी मिला लिया और लूटपाट की वारदातों को अंजाम देना शुरू कर दिया। गिरोह ने पिछले 3 माह में फाइनेंस कंपनी के 4 कारिंदों से डरा धमका कर लाखों रूपए की नकदी लूट ली। CIA-2 की पुलिस ने उक्त गिरोह का पर्दाफाश करते हुए दो आरोपियों गुरमिंदर सिंह उर्फ वासी नथाना और सलीम खान वासी चक फतेह सिंह वाला को गिरफ्तार कर लिया है, जबकि गिरोह का मास्टरमाइंड कुलविंदर सिंह उर्फ किंदर पुलिस की पकड़ से बाहर है। वो है जना स्मॉल फाइनेंस बैंक रामपुरा विच नौकरी करते ने। वो अपना पिंड बजवाणा ते दूसरा पिंड है अपना भैणी नूं किश्तां इकट्ठियां करके जिहड़ियां फाइनेंस दे रिगार्डिंग लोकां नूं थोड़ा लोन दिंदे ने। वो दो मोटरसाइकलां ते जिहड़े ने जा रहे सी ਤੇ ਜਦੋਂ ਉਹ ਪਿੰਡ ਮਾੜੀ ਤੋਂ 1 ਕਿਲੋਮੀਟਰ ਅੱਗੇ ਪਹੁੰਚੇ ਤਾਂ ਪਿੱਛੋਂ ਇੱਕ ਆਲਟੋ ਕਾਰ ਆਈ ਜਿਹਦੇ ਵਿੱਚ 3 ਬੰਦੇ ਸਵਾਰ ਸੀਗੇ। ਉਹ ਆਲਟੋ ਕਾਰ ਵਾਲਿਆਂ ਨੇ ਉਹਨਾਂ ਬੰਦਿਆਂ ਤੋਂ ਇੱਕ ਤਾਂ ਉਹਨਾਂ ਦਾ ਜਿਹੜਾ ਬੈਗ ਸੀਗਾ ਉਹਦੇ 'ਚ ਲੈਪਟਾਪ ਸੀਗਾ ਸੈਮਸੰਗ ਦਾ ਅਤੇ 1,35,000 ਰੁਪਏ ਜਿਹੜੇ ਲੋਕਾਂ ਦੀ ਕੁਲੈਕਸ਼ਨ ਕੀਤੀ ਹੋਈ ਸੀਗੀ ਉਹ ਉਹਨਾਂ ਤੋਂ ਉਹਨਾਂ ਨੇ ਸਨੈਚ ਕਰ ਲਿਆ ਅਤੇ ਉਹਦੇ ਰਿਗਾਰਡਿੰਗ ਜਿਹੜਾ ਹੈ ਉਹ ਕੇਸ ਰਜਿਸਟਰ ਹੋਇਆ ਅਤੇ ਕੇਸ ਰਜਿਸਟਰ ਹੋਣ ਤੋਂ ਬਾਅਦ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਦੇ ਜਿਹੜੇ ਇੰਚਾਰਜ ਨੇ ਉਹ ਆਪਣਾ DSP D ਸਾਹਿਬ ਦਾ ਜਸਵੀਰ ਸਿੰਘ ਜੀ ਉਹਨਾਂ ਨੂੰ ਲਾਇਆ ਗਿਆ ਅਤੇ ਟੀਮ ਦੇ ਵਿੱਚ ਜਿਹੜਾ ਹੈ ਮੇਨ ਜਿਹੜਾ ਹੈ ਤਜਿੰਦਰ ਸਿੰਘ ਨੇ ਆਪਣੇ CA-2 ਦੇ ਨਾਲ ਇਹਨਾਂ ਦੇ ਜਿਹੜੇ ਹੋਰ ਮੁਲਾਜ਼ਮ ਸੀਗੇ ਉਹਨਾਂ ਨੇ ਮਤਲਬ ਕਿ ਜਿਹੜੇ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੂੰ ਮਤਲਬ ਕਿ ਸਾਰਿਆਂ ਨੂੰ ਜ਼ਮਨ ਕਰਨ ਤੋਂ ਬਾਅਦ ਅਤੇ ਇਹ ਉਹਦੀ ਜਿਹੜੀ ਜਾਣ ਪਛਾਣ ਹੋਈ ਆਈਡੈਂਟੀਫਿਕੇਸ਼ਨ ਹੋਈ ਬੰਦਿਆਂ ਦੀ ਉਹ ਸਾਹਮਣੇ ਆਈ ਤਾਂ ਦੈਨ ਇਹਨਾਂ ਨੂੰ ਇਹਨਾਂ ਨੇ 7-1 ਨੂੰ ਇਹਨਾਂ ਨੂੰ ਨੋਮੀਨੇਟ ਕੀਤਾ ਕੇਸ ਦੇ ਵਿੱਚ। ਉਸ ਤੋਂ ਬਾਅਦ ਇਹਨਾਂ 'ਚੋਂ ਜਿਹੜੇ 3 ਬੰਦੇ ਨੇ ਇਹਨਾਂ ਬੰਦਿਆਂ 'ਚੋਂ 2 ਬੰਦੇ ਇਹਨਾਂ ਨੇ ਅਰੈਸਟ ਕਰ ਲਏ ਅਤੇ ਤਕਰੀਬਨ ਜਿਹੜਾ 90,000 ਰੁਪਇਆ ਹੈ ਉਹ ਇਹਨਾਂ 'ਚੋਂ ਰਿਕਵਰ ਕਰ ਲਿਆ। ਇੱਕ ਬੰਦਾ ਜਿਹੜਾ ਕੁਲਵਿੰਦਰ ਕਿੰਦਾ ਹੈ ਉਹ ਅਰੈਸਟ ਕਰਨ ਤੋਂ ਰਹਿੰਦਾ ਹੈ ਅਤੇ ਉਹਦੇ ਉਹ ਵੀ ਸਾਡਾ ਮਤਲਬ ਕਿ ਅਸੀਂ ਜਿਹੜੀਆਂ ਸਾਡੀ ਸੋਰਸ ਲੱਗੇ ਉਹਨੇ ਸਾਡੀ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹੈ ਟੀਮਾਂ ਜਿਹੜੀਆਂ ਸਾਡੀ ਉਹਨੂੰ ਵੀ ਅਸੀਂ ਜਲਦੀ ਜਿਹੜਾ ਹੈ ਉਹ ਰਾਊਂਡ ਅਪ ਕਰਨਾ। ਹਾਂ ਇਹਨਾਂ ਦੇ ਆਲਰੇਡੀ ਜਿਹੜੇ ਪਹਿਲਾਂ ਵੀ ਹੈ ਜਿਹੜੇ ਉਹ ਕੇਸ ਰਜਿਸਟਰ ਹੋਏ ਹੋਏ ਨੇ। ਇੱਕ ਤਾਂ ਇਹਨਾਂ ਨੇ 70,000 ਰੁਪਏ ਦੀ ਖੋਹ ਕੀਤੀ ਸੀ ਮਹਿਰਾਜ ਤੋਂ ਰਾਮਪੁਰਾ ਨੂੰ ਜਾਣ, ਠੀਕ ਹੈ ਨਾ ਜੀ। ਇੱਕ ਇਹਨਾਂ ਨੇ 40,000 ਰੁਪਏ ਜਿਹੜੇ ਖੋਏ ਸੀਗੇ ਇਹਨਾਂ ਨੇ ਭੈਣੀ ਤੋਂ ਵਜਵਾਣਾ ਰੋਡ ਪਰ। ਇਸੇ ਤਰ੍ਹਾਂ ਨੇ 10,000 ਰੁਪਏ ਵਜਵਾਣਾ ਤੋਂ ਭੈਣੀ ਰੋਡ ਤੋਂ ਖੋਏ ਅਤੇ 1,35,000 ਰੁਪਇਆ ਜਿਹੜੀ ਇਹ ਸਿਸਟਮ ਮੈਂ ਦੱਸਦੀ ਹੈ ਕਿ ਭੈਣੀ ਤੋਂ ਮਹਿਰਾਜ ਰੋਡ ਪਰ ਇਹਨਾਂ ਨੇ ਜਿਹੜੇ ਇਹ ਖੋਹ ਕੀਤੀ ਹੈ। ਦੋਵੇਂ ਬੰਦੇ ਅੱਜ ਮੋਰਨਿੰਗ ਇਹਨਾਂ ਨੇ ਪੁਲਿਸ ਪਾਰਟੀ ਨੇ ਨੀਅਰ ਅਬਾਊਟ 10 ਵਜੇ ਜਿਹੜਾ ਹੈ ਇਹਨਾਂ ਨੂੰ ਤੁੰਗਾਲੀ ਦਾ ਜਿਹੜਾ ਉਹ ਅੰਡਰ ਵਜਿਆ ਹੈ ਉੱਥੋਂ ਇਹਨਾਂ ਨੂੰ ਅਰੈਸਟ ਕੀਤਾ ਹੈ, ਗੱਡੀ ਵੀ ਬਰਾਮਦ ਕਰ ਲਈ ਹੈ। ਹੈ ਜੀ ਏਜ ਨੀਅਰ ਅਬਾਊਟ ਇਹਨਾਂ ਦੀ ਕੋਈ 24 ਸਾਲ ਹੈ, ਕੋਈ 25 ਹੈ, ਕਿਸੇ ਦੀ 26 ਸਾਲ ਹੈ। ਰੀਜ਼ਨ ਕੀ ਸੀਗਾ ਸਰ? ਰੀਜ਼ਨ ਬਸ ਆਹੀ ਕੰਮ ਕਰ ਕੋਈ ਕਰਨਾ ਨਹੀਂ, ਵਿਹਲੇ ਤੁਰੇ ਫਿਰਦੇ ਨੇ ਤੇ ਜਿੱਥੇ ਕਿਤੇ ਮੈਂ ਦੌ ਲੱਗਿਆ ਤੇ ਦੈਨ ਉਹ ਬੰਦੇ ਲੁੱਕੋ ਕਰ ਲੈਂਦੇ ਨੇ। ਮਤਲਬ ਕਿ ਈਜ਼ੀ ਤਰੀਕਾ ਹੈ ਕਿ ਆਪਣਾ ਲਾਈਫ ਸਟਾਈਲ ਨੂੰ ਫਰਦਰ ਅੱਗੇ ਜਿਹੜਾ ਹੈ ਜੋੜਨਾ। ਓਕੇ ਸਰ, ਧੰਨਵਾਦ, ਥੈਂਕ ਯੂ। अगर आपने हमारे चैनल को सब्सक्राइब नहीं किया है तो इसे सब्सक्राइब कर लें।